ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਸਰਕਾਰੀ ਪੋਸਟਾਂ ਦੇ ਨਾਲ ਸੰਬੰਧਿਤ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਲੈ ਕੇ ਹੋ ਗਏ ਆ ਜੀ ਹਾਜ਼ਰ ਸੈਲਰੀ ਆ ਜਿਹੜੀ ਇਹਨਾਂ ਪੋਸਟਾਂ ਲਈ ਰਹਿਣ ਵਾਲੀ ਆ 31000 ਪਲੱਸ ਤੇ ਐਲੀਜੀਬਿਲਟੀ ਕ੍ਰਾਈਟੇਰੀਆ ਵਾ ਜਿਹੜਾ ਉਹਦੇ ਬਾਰੇ ਡਿਟੇਲ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਇਹ ਆ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਜਾਣਕਾਰੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਉਹਨਾਂ ਨੂੰ ਜੁਆਇਨ ਐਂਡ ਫਾਲੋ ਕਰਨਾ ਨਾ ਭੁੱਲਿਆ ਕਰੋ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਪਹੁੰਚ ਗਏ ਆ ਅਤੇ ਇਹ ਜਿਹੜਾ ਅੱਜ ਦਾ ਨੋਟੀਫਿਕੇਸ਼ਨ ਆ ਇਹ ਆਊਟ ਹੋਇਆ ਵਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਵਾ ਇਹ ਨੋਟੀਫਿਕੇਸ਼ਨ ਆਊਟ ਹੋਇਆ ਰੀਜਨਲ ਇੰਸਟੀਚਿਊਟ ਆਫ ਐਚਆਈਵੀ ਸੈਂਟੀਨਲ ਸਰਵੇਲੈਂਸ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀਆਈ ਚੰਡੀਗੜ੍ਹ ਦੇ ਵੱਲੋਂ ਸੋ ਜਿਹੜੀ ਨੰਬਰ 1 ਤੇ ਪੋਸਟ ਆ ਉਹ ਹੈਗੀ ਜੀ ਰਿਸਰਚ ਅਸਿਸਟੈਂਟ ਦੀਆਂ 8 ਪੋਸਟਾਂ ਨੇ ਠੀਕ ਹੈ ਜੀ ਕੁਆਲਿਫੀਕੇਸ਼ਨ ਆ ਜਿਹੜੀ ਉਹ ਪੋਸਟ ਗ੍ਰੈਜੂਏਟ ਇਨ ਸੋਸ਼ਲ ਸਾਇੰਸ ਰਿਲੇਵੈਂਟ ਸਬਜੈਕਟਸ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਵਿਲਿੰਗ ਟੂ ਟਰੈਵਲ ਠੀਕ ਹੈ ਜੀ ਸੋ ਜੌਬ ਰਿਸਪੌਂਸਿਬਿਲਟੀਜ਼ ਦਿੱਤੀਆਂ ਹੋਈਆਂ ਅੱਗੇ ਤੇ ਜਿਹੜੀ ਸੈਲਰੀ ਆ ਉਹ 31000 ਮੀਨਾ ਤੁਹਾਡੀ ਰਹਿਣ ਵਾਲੀ ਹੋਊਗੀ ਠੀਕ ਹੈ ਜੀ ਨੰਬਰ 2 ਤੇ ਜਿਹੜੀਆਂ ਪੋਸਟਾਂ ਨੇ ਇੰਪੋਰਟੈਂਟ ਨੇ ਇਹ ਲੈਬ ਟੈਕਨੀਸ਼ੀਅਨਸ ਦੀਆਂ ਚਾਰ ਪੋਸਟਾਂ ਨੇ ਆਊਟ ਹੋਈਆਂ ਇਹਦੇ ਲਈ ਪਲੱਸ 2 ਐਂਡ ਡੀ ਐਮ ਐਲਟੀ ਵਿਦ 2 ਇਅਰ ਐਕਸਪੀਰੀਅੰਸ ਸੋ ਜਿਹੜੇ ਵੀ ਬੱਚਿਆਂ ਨੇ ਡੀ ਐਮ ਐਲਟੀ ਦਾ ਡਿਪਲੋਮਾ ਕੀਤਾ ਹੋਇਆ ਵਾ ਤੇ ਉਹਨਾਂ ਕੋਲੇ 2 ਸਾਲ ਦਾ ਐਕਸਪੀਰੀਅੰਸ ਆ ਪਲੱਸ 2 ਪਾਸ ਆਊਟ ਨੇ ਉਹ ਬੱਚੇ ਨਾ ਪੋਸਟਾ ਦੇ ਲਈ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾ ਦੇ ਲਈ ਜਿਹੜੀ ਤੁਹਾਡੀ ਸੈਲਰੀ ਆ ਉਹ 18000 ਰਹਿਣ ਵਾਲੀ ਆ ਠੀਕ ਹੈ ਜੀ ਤੇ ਅਪਲਾਈ ਕਿੱਦਾਂ ਕਰਨਾ ਵਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਪ੍ਰੀਫਰੈਂਸ ਇਹਨਾਂ ਨੇ ਨੋਟ ਦਿੱਤਾ ਕਿ ਪ੍ਰੀਫਰੈਂਸ ਵਿਲ ਬੀ ਗਿਵਨ ਟੂ ਕੈਂਡੀਡੇਟ ਵਿਦ ਫਲੂਐਂਸੀ ਇਨ ਰੀਡਿੰਗ অর ਰਾਈਟਿੰਗ ਇਨ ਪੰਜਾਬੀ ਐਂਡ ਸ਼ੁੱਡ ਹੈਵ 10th ਪਾਸਟ ਸਰਟੀਫਿਕੇਟ ਇਨ ਪੰਜਾਬੀ ਪੰਜਾਬੀ ਜਿਹੜੇ ਬੱਚਿਆਂ ਨੇ ਪਾਸ ਕੀਤੀ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਜਿਨ੍ਹਾਂ ਦੀ ਫਲੂਐਂਸੀ ਵਧੀਆ ਬ ਪੰਜਾਬੀ ਦੇ ਵਿੱਚ ਠੀਕ ਹੈ ਹਾਊ ਟੂ ਅਪਲਾਈ ਇੰਟਰਸਟਿਡ ਕੈਂਡੀਡੇਟਸ ਵਿਦ ਕੁਆਲੀਫਿਕੇਸ਼ਨ ਜਿਹੜੇ ਡਾਕੂਮੈਂਟ ਐਂਡ ਐਕਸਪੀਰੀਅੰਸ ਮੇ ਸਬਮਿਟ THEIR ਅਪਲੀਕੇਸ਼ਨਸ ਐਂਡ ਸਪੋਰਟਿੰਗ ਡਾਕੂਮੈਂਟਸ ਇਨ ਦਾ ਬੇਸਮੈਂਟ ਰੂਮ ਨੰਬਰ 4 ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਪਜੀ ਚੰਡੀਗੜ੍ਹ ਕਿੰਨੀ ਤਰੀਕ ਆ ਲਾਸਟ 15 ਜੂਨ 2023 ਠੀਕ ਹੈ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ ਦਾ ਇੰਟਰਵਿਊ ਡੇਟ ਵਿਲ ਬੀ ਕੰਡਕਟਡ ਆਫਟਰ ਸਕਰੀਨਿੰਗ ਆਫ সিভি সিভি ਦੀ ਸਕਰੀਨਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਜਿਹੜੇ ਕੈਂਡੀਡੇਟ ਸ਼ਾਰਟਲਿਸਟਡ ਹੋਣਗੇ ਜਾਂ ਉਹ ਉਹਨਾਂ ਦੀ ਇੰਟਰਵਿਊ ਲਈ ਜਾਊਗੀ ਸੋ 15 ਜੂਨ ਲਾਸਟ ਡੇਟ ਆ 15 ਜੂਨ ਤੱਕ ਅਪਲਾਈ ਤੁਸੀਂ ਕਰ ਸਕਦੇ ਹੋ ਲੈਬ ਟੈਕਨੀਸ਼ੀਅਨਸ ਵਾਲੇ ਬੱਚੇ ਜ਼ਰੂਰ ਅਪਲਾਈ ਕਰਨ ਠੀਕ ਹੈ ਜੀ ਵਧੀਆ ਸੈਲਰੀ ਆ ਤੇ ਉਮੀਦ ਕਰਦੇ ਆ ਅੱਜ ਦੀ ਇਹ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋ ਇਸੇ ਤਰ੍ਹਾਂ ਹਰ ਇੱਕ ਲੇਟੈਸਟ ਅਪਡੇਟ ਪ੍ਰਾਪਤ ਕਰਨ ਦੇ ਲਈ ਸਬਸਕ੍ਰਾਈਬ ਕਰਕੇ ਰੱਖੋ ਤੁਹਾਡਾ ਆਪਣਾ ਚੈਨਲ ਸਟੱਡੀ ਐਂਡ ਕੈਰੀਅਰ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ